ਯਾਰ ਤੁਹਾਡਾ ਵੀਰ ਨਾ ਅੱਜ ਲੇਟ ਹੋ ਰਿਹਾ। ਤੁਹਾਡੇ ਵੀਰ ਨੂੰ ਯਾਦ ਨਹੀਂ ਰਹੀ, ਵੀਡੀਓ ਵੀ ਬਣਾਉਣੀ ਹੈ ਅਤੇ ਪੋਸਟ ਹੀ ਕਰਨੀ ਹੈ। ਹੁਣ ਮੈਂ ਆ ਤੇ ਬਣਾਉਣਾ ਪਿਆ, ਸਾਡੇ ਤਿਆਰ ਹੋ ਰਹੇ ਨੇ ਅਤੇ ਮੈਂ ਤਾਂ ਯਾਰ ਅੱਜ ਵੀਡੀਓ ਪੋਸਟ ਕੀਤੀ ਨਹੀਂ। ਸਵੇਰ ਦੀ ਅਤੇ 9, 10, 11, 12 ਵਜੇ ਤੱਕ ਹੋ ਜਾਂਦੀ, ਅੱਜ 5 ਵਜੇ ਸ਼ਾਮ ਹੋਣ ਲੱਗੀ, ਦੇ ਤਿੰਨਾ ਲੈ ਲਿਆ ਅਤੇ ਨਾਤਾਂ ਅਤੇ ਧੁੱਪ ਤੇ ਚੜਾਇਆ ਵਿੱਚ ਸਿੱਧੀ ਸੋਹਣੀ ਸੁੱਖ ਸੇਲ ਲੱਗਦੀ ਪਈ ਹੈ। ਹੁਣ ਹੀ ਨਾਤਾਂ ਅਤੇ ਯਾਦ ਆਇਆ ਮੱਝ ਚੋ ਆਇਆ ਉਹਦੇ ਤੋਂ ਮੈਂ ਇੱਥੇ ਯਾਰ ਵੀਡੀਓ ਪੋਸਟ ਬਣਾ ਤੇ ਹੁਣ ਫੋਰਮ ਵੀਡੀਓ ਪੋਸਟ ਕਰਨੀ ਹੈ। ਵਾਈਫਾਈ 'ਤੇ ਜਾ ਕੇ ਨੀਚੇ ਜਾਣਾ, ਉੱਪਰ ਆਇਆ ਆਪਣੇ ਸੱਚ ਚੌਥੇ ਦਿਨ ਨਾਲ ਧੁੱਪ ਇੰਜੋਇਮੈਂਟ ਆ ਰਹੇ ਹਾਂ, ਨਾਲ ਅਵੇ ਤੋਂ ਦੰਦੀਆਂ ਜਾ ਰਹੇ ਹਾਂ ਅਤੇ ਮੈਂ ਕਿਹਾ ਚਲੋ ਅੱਜ ਮੈਚ ਹੀ ਆਇਆ ਇੰਡੀਆ ਦਾ, ਇੰਡੀਆ ਦਾ ਅਤੇ ਇੰਗਲੈਂਡ ਦਾ। ਵਿਰਾਟ ਕੋਹਲੀ ਨਹੀਂ ਹੈ, ਵਿਰਾਟ ਕੋਹਲੀ ਹੁਣ ਵਿੱਚ ਤੀਸਰੇ ਮੈਚ ਆ, ਇਹ ਦੱਸੋ ਹੁਣ ਹੈ ਅਤੇ ਜਿੱਤ ਜਾਣਾ ਹੈ। ਮੇਰੇ ਹਿਸਾਬ ਨਾਲ ਇੰਡੀਆ ਸ਼ਾਇਦ ਦੇਖੀ ਜਾਏ ਸ਼ਾਇਦ ਹਾਰੀ ਜਾਏ। 332 ਰਨ ਨੇ, 2 ਦਿਨ ਨੇ, 150 ਟੁੱਟੇ ਓਵਰ ਨੇ ਇੰਗਲੈਂਡ ਨੂੰ ਤਰਨ ਵਾਸਤੇ, 332 ਰਨਾਂ ਨੇ ਅਤੇ ਆ ਇੰਗਲੈਂਡ ਤਰ ਪਾਏ ਦੀ। ਇੰਡੀਆ ਦੀ ਬੋਲਿੰਗ ਦਰਦਨਾਥ ਹੈ, ਤੁੱਥੀ ਹੋ ਸਕਦਾ। ਹੁਣ ਸਵੇਰੇ ਵਿੱਚ ਕੀ ਹੁੰਦਾ ਅੱਜ ਤਾਂ ਖਤਮ ਹੋ ਗਿਆ ਹੁਣ ਮੈਚ, ਸਵੇਰੇ ਵਿੱਚ ਸਵੇਰੇ 9 ਵਜੇ ਸ਼ੁਰੂ ਹੁੰਦਾ, ਤੁਸੀਂ ਉਹਦੇ ਹੁਣ ਇੰਡੀਆ ਇੱਥੇ ਤਾਂ 5:15 ਦੇ ਨੇੜੇ ਹੋ ਜਾਣੇ, ਇੱਧਰ ਤਾਂ 4:45 ਹੋਣ ਲੱਗੇ ਨੇ। ਅਤੇ ਹੁਣ ਮੈਂ 3 ਦਿਨ ਦਾ ਤਾਂ ਵੀਡੀਓ ਫੋਲ ਕਰਨੀ ਯੂਟਿਊਬ 'ਤੇ, ਕਈਆਂ ਨੂੰ ਲੈ ਮਿਲਣੀ ਫੇਸਬੁੱਕ 'ਤੇ ਵੀ ਚੱਲਣੀ ਹੈ ਅਤੇ ਯਾਰ ਕੋਈ ਵਿਊਜ਼ ਨਹੀਂ ਆ ਰਹੇ ਯਾਰ। ਤੁਹਾਡੇ ਸਪੈਸ਼ਲ ਟਾਈਮ ਤੱਕ ਮੈਂ ਵੀਡੀਓ ਬਣਾਉਂਦਾ, ਇੰਨੀ ਮਿਹਨਤ ਲੱਗਦੀ ਹੈ ਯਾਰ ਅਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਯਾਰ। ਤੁਸੀਂ ਸਪੋਰਟ ਕਰਿਆ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀਆਂ ਵੀਡੀਓ ਨੂੰ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਦਿਓ, ਅੱਛੇ ਅੱਛੇ ਮਾਧਪਤੀ ਬੁਲਾ ਦਿਓ। ਅਤੇ ਯਾਰ ਤੁਸੀਂ ਜਿੰਨਾ ਹੋ ਸਕਦਾ ਯਾਰ ਲਾਸਟ 10 ਮਿੰਟ ਨੂੰ ਬੁਲਾਓ, ਤੁਹਾਡੇ ਅੱਛੇ ਅੱਛੇ ਵਾਸਤੇ ਮੈਂ ਵੀਡੀਓ ਹੋਰ ਪਾ ਤੇ ਆਵਾਂ ਪਾਵਾਂ ਫੇਸਬੁੱਕ 'ਤੇ, ਯੂਟਿਊਬ 'ਤੇ। ਯੂਟਿਊਬ ਦਾ ਮੇਰਾ ਚੈਨਲ ਅਮਾਰਪਤੀ ਵਲੋਦੋ, ਅਤੇ ਯਾਰ ਲਾਲ ਸਬਸਕ੍ਰਾਈਬ ਚੈਨਲ ਕਰੋ, ਠੀਕ ਹੈ। ਅਤੇ 200 ਵਜੇ ਤੁਮੈਂ ਤਾਂ ਮੈਚ ਤੋਂ ਦਿੱਤੇ ਦਾ, ਮੇਰੇ ਹਿਸਾਬ ਨਾਲ ਇੰਡੀਆ ਵਿਨ ਕਰ ਸਕਦੀ ਹੈ, ਨਾ ਦਿੱਤੀ ਫਿਰ ਇੰਡੀਆ ਇੰਡੀਆ ਨੂੰ ਬਹੁਤ ਜਿੰਨਾ ਮੈਚ ਤੂੰ 3 ਮੈਚ ਲਗਾਤਾਰ ਦਿੱਤੇ ਪਾਉਣੇ ਨੇ ਵਿੱਚੋਂ, ਸੀਰੀਅਸ ਦਿੱਤੀ ਹੈ ਜਾਂ ਨਹੀਂ। ਅਤੇ ਬੜੀ ਵੱਡੀ ਟੈਸਟ ਮੈਚ ਹੈ, ਵਿਰਾਟ ਕੋਹਲੀ ਆ ਜਾਣਾ ਤੀਸਰੇ ਮੈਚ 'ਤੇ। ਵਿਰਾਟ ਕੋਹਲੀ ਤਾਂ ਨਹੀਂ ਆਇਆ, ਵਿਰਾਟ ਕੋਹਲੀ ਬਾਪ ਬਣੂ ਹੈ, ਫਿਰ ਦੂਰੀ ਵਾਰੀ ਖਬਰ ਆ ਰਹੀ ਵਿਰਾਟ ਕੋਹਲੀ ਦਾ ਤੇਰਾ ਜੂਲੀਅਰ ਬੇਲੀਅਨ ਉਹਨੇ ਦਿੱਤੀ ਹੈ, ਫੈਨਾਂ ਨੂੰ ਟੈਨਸ਼ਨ ਨਾ ਹੋਵੇ, ਮੈਂ ਹੀ ਤੁਹਾਨੂੰ ਦੱਸ ਦਿੱਤੀ ਹੈ, ਨਹੀਂ ਖਬਰ ਪੈਂਦਾ ਪਿਆ। ਵਿਰਾਟ ਕੋਹਲੀ ਦਾ ਦੂਰੀ ਵਾਰੀ ਬਾਪ ਬਣੂ ਹੈ, ਬਾਪ ਉਹਨੇ ਇਹ ਨਹੀਂ ਪਤਾ ਬੇਬੀ ਹੈ ਅਤੇ ਲੱਤੀ ਹੈ ਅਤੇ ਲੱਤਾ ਇਹ ਨਹੀਂ ਪਤਾ। ਅਤੇ ਕਮੈਂਟ ਦਿਓ ਕਿਹਨੂੰ ਮੇਰੇ ਤਰ ਰਹੇ ਵਾਤ ਲਓ, ਵਿਰਾਟ ਕੋਹਲੀ ਨੂੰ ਤਾਂ ਨਹੀਂ, ਮੈਂ ਬੜਾ ਜ਼ਿਆਦਾ ਤਰ ਰਹੇ ਹਾਂ ਅਤੇ ਅੱਲਾ ਖੈਰ ਰਾਤੀ ਉਹ ਆ ਲੈਣਾ, ਅੰਨੀ ਪਾ ਦੇਣੀ, ਬੜਾ ਵੱਡਾ ਪਲੇਅਰ ਯਾਰ, ਦੂਰੀ ਟੀਮ ਹੈ, ਥੋੜ੍ਹੇ ਬਾਰੀਆਂ ਚਲਚਿਆਂ ਵੇਖ ਲੈਣਾ ਇੰਡੀਆ ਦੀਆਂ। ਅਤੇ ਆਪਣਾ ਫਿਰ ਮੈਚ ਹੀ ਤਾਂ ਨਹੀਂ ਹਜੇ ਲੱਗਦਾ, ਜਿਹੜੇ ਆਪਣੇ ਮੈਚ ਆਉਂਦੇ ਫਿਰ ਉਹ ਵੀ ਵੇਖਾਂਗੇ।